ਮੰਨੀ ਨੇ ਸੀ ਵਿਚਾਰੀ ਦੇ ਸੰਗ ਚ ਕੱਦੂ ਫਸ ਗਿਆ, ਚੰਗੀ ਸੀ ਵਿਚਾਰੀ, ਸਾਰੇ ਮਹੱਲੇ ਨੂੰ ਆਰੇ ਲਾਇਆ ਸੀ, ਦੁਆ ਕਰਦਾ। ਉਹਨੇ ਮਰਨਾ ਨਹੀਂ ਸੀ, ਉਹਦੇ ਨਾਲ ਹੋਈ ਥੋੜੀ ਹੈ ਕਲੱਬ ਹੋਣੀ। ਭਾਈ ਕੀ ਕਰਦੇ ਐਸ ਐਚ ਓ ਤਾਂ ਵਰਾਂਡੇ ਚ ਲੈ ਜਾਂਦਾ ਸੀ, ਚੋਕੋ ਧੋਤੀ ਹੁਣ ਗੁਸਲਖਾਨੇ ਕੋਲ ਉਹਨਾਂ ਆਣੀ ਹੈ। ਬਸ ਓਏ ਨਹੀਂ ਤੇ ਆ ਤਾਸ਼ ਕਿਉਂ ਹੈ? ਉਹ ਕਲੱਬ ਡਾਂਸਰ ਸੀ ਨਾ, ਅਗਲੀ ਬਣੀ ਸਾਲਿਆ ਖੇਡਣ ਵਾਸਤੇ ਬਣੀ, ਕੈਸਾ ਤਰ੍ਹਾਂ ਮਿੱਧੀ ਜੂ ਵਰਗਾ ਮੂੰਹ ਯਾਰ, ਕੋਈ ਹੋਰ ਹੀ ਹੋ ਸਕਦਾ ਜਿਹੜਾ ਵੀ ਇਹ ਪੁੱਛੋ ਕੌਣ ਹੈ ਸਾਲਾ। ਛੀਮਾ ਮਾਈ ਸੈਲਫ ਛੀਮਾ, ਅੱਛਾ ਜੀ, ਆਜ਼ਾ ਕਤੂ, ਹਾਂ ਡੋਰੇਮੋਂ, ਹਾਂ ਬੁੱਲੜ, ਹਾਂ ਤੇ ਮੂਤੀ ਦੀ ਨੱਠੀ ਭੈਣ ਦਾ ਬੇਟਾ ਇੱਥੋਂ ਦਾ ਸ਼ਾਹਰੁਖ ਖਾਨ। ਸਲਾਮ ਅਲੈਕੁਮ। ਤੁਸੀਂ ਕੌਣ ਹੋ ਜਨਾਬ? ਬੜਾ ਤੁਹਾਡਾ ਚਿੱਠੀ ਜੁੱਤੀ ਵਰਗਾ ਮੂੰਹ ਯਾਰ, ਕੀ ਬਕਵਾਸ ਹੈ ਜੋਤਾਂ ਕਰ ਰਹੇ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਨਹੀਂ ਸਾਨੂੰ ਵੀ ਲੋੜ ਹੈ ਚੁਗਤ ਕਰਨ ਦੀ, ਇਹਨਾਂ ਦਾ ਮੂੰਹ ਪਤਾ ਕਹਿੰਗੇ ਕਹਿੰਗੇ ਐਂਜੇ। ਆ ਨਾ ਤੂੰ ਨਾ ਚੁਗਤ ਕਰੀ, ਵਾਰੀ ਤੇਰੀ ਕਰ ਲੈ ਫਿਰ ਨਾ। ਬਸ ਓਏ ਜੁਗਤਾਂ ਨਾ ਕਰੋ, ਹਾਂ ਆਵੀਂ ਪੈ ਲਵਾ। ਹਾਂਜੀ ਕਿੱਧਰ ਸੇਠ ਚੱਪਾ, ਕਦੀ ਹਬਸ਼ੀਆਂ ਨੂੰ ਫੁੱਟਬਾਲ ਖੇਡਦੇ ਆ ਵੇਖਿਆ? ਤਈ ਦਫਾ ਉਹ ਜਦੋਂ ਕੱਪ ਜਿੱਤ ਕੇ ਇੰਜ ਕਰਦੇ ਨੇ, ਹਾਂ ਉਹਨਾਂ ਦੀ ਕਾਛਰਗਾ ਜਨਾਬ ਦਾ ਮੂੰਹ ਹੈ। ਸੇਠ ਜਬਾਰ ਦੀ ਮੂੰਹ ਤੇ ਬਿਸ਼ਤੀ, ਸੇਠ ਜਬਾਰ, ਹਾਂ ਇੱਕ ਦਾਣਾ ਚੁੱਕਣ ਵਾਲੀ ਚੂਹੀ ਹੁੰਦੀ ਹੈ ਨਾ। ਅੱਛਾ ਜਬਾਰ ਕਹਿੰਦਾ ਮੂੰਹ ਹੋਰ ਛੋਟਾ ਹੋ ਜਾਂਦਾ, ਫਿਰ ਕਿ ਬਾਹ ਕੇ ਕਦੀ ਕਸਮੇ ਲੈ ਕਿਲ ਫੁੱਟਣ ਵਾਲਾ ਨਹੀਂ ਜਿਹੜਾ ਮੂੰਹ ਹੁੰਦਾ ਜੁੱਤੀ ਚੋਂ। ਸੁਣ ਤੇ ਲਵੋ ਪਹਿਲੇ, ਤੁਹਾਨੂੰ ਸਾਨੂੰ ਵੀ ਇਜ਼ੀ ਨਹੀਂ ਲੈਣਾ, ਅਸੀਂ ਵੀ ਕਾਰੋਬਾਰੀ ਲੋਕ ਹੈਗੇ ਆ। ਐ ਅਸੀਂ ਵੈਸੇ ਸੌਣ ਵਾਲੇ ਕੱਪੜੇ ਪਾਏ ਨੇ, ਹੁਣ ਤੇ ਅਸੀਂ ਕਾਰੋਬਾਰੀ, ਸਾਰੀ ਕਚੜੀ ਆਪਣੀ, ਆ ਪਲਾਟ ਆਪਣਾ, ਵੈਰੀ ਗੁੱਡ, ਆ ਪੂਰਾ ਪ੍ਰਾਪਰਟੀ ਦਾ ਬਿਜ਼ਨਸ ਕਰਦਾ ਉਹ ਸਾਡਾ ਭਰਾ। ਤੁਸੀਂ ਕਰ ਲਾ ਕਦ ਲਈ ਆਏ ਸੋ? ਮੈਂ ਸੋਚ ਰਿਹਾ ਸੀ ਕਿ ਵੀ ਇਸ ਇਲਾਕੇ 'ਚ ਕੋਈ ਬਿਜ਼ਨਸ ਕੀਤਾ ਜਾਏ। ਅੱਛਾ ਅੱਛਾ ਅੱਛਾ, ਪ੍ਰਾਪਰਟੀ ਖਰੀਦ ਲੈਣਾ ਚਾਹੁੰਦੇ? ਹਾਂਜੀ। ਕੀ ਕਹਿੰਦੇ ਹੋ ਯਾਰ, ਮੇਰਾ ਦਿਲ ਨਹੀਂ ਮੰਨਦਾ ਪਿਆ ਵੇਚਣ ਦੇ। ਯਾਰ ਕਰਨਨ ਮੀਟਿੰਗ ਵੇਚਦੇ ਪਹਿਲਾਂ ਗੱਲ ਸੁਣ, ਦਿਹਾੜੀ ਲਾਓ ਮੈਨੂੰ ਬੰਦਾ ਭੋਲਾ ਚਾਹੀਦਾ, ਜੋ ਮੈਂ ਕਹਾਂ ਤੁਸੀਂ ਪਿੱਛੇ ਵੀ ਲੱਗੇ ਰਹੋ। ਓਕੇ ਕਿੱਥੇ ਲੱਗੇ ਰਹਿਣਾ? ਚੁੱਪ। ਹਾਂਜੀ ਕੀ ਸੋਚਿਆ? ਦਿਲ ਨਹੀਂ ਕਰਦਾ, ਪਤਾ ਕੀ ਇਹ ਜੱਦੀ ਪੁਸ਼ਤੀ ਜਾਇਦਾਦ ਤੇ ਪਿਓ ਦਾਦੇ ਨੇ ਬਣਾਈ ਹੈ, ਪਿੱਛੇ ਵੀ ਸਾਰੀ ਕਟੜੀ ਆਪਣੀ ਹੈ, ਹਾਂਜੀ ਦਿਲ ਨਹੀਂ ਕਰਦਾ ਵੇਚੀਏ। ਸਹੀ ਗੱਲ, ਤੁਸੀਂ ਹੁਣ ਕਹਿ ਰਹੇ ਹੋ ਤਾਂ ਠੀਕ ਹੈ, ਕੀ ਹੋਟਲ ਬਣਾਉਣਾ ਚਾਹੁੰਦੇ ਹੋ? ਨਹੀਂ ਇਹ ਤਾਂ ਮੈਂ ਬਿਜ਼ਨਸ ਕਰਨਾ ਚਾਹ ਰਿਹਾ। ਹੋਟਲ ਚ ਕਿਤੇ ਬਿਜ਼ਨਸ ਹੀ ਹੁੰਦਾ, ਹੋਟਲ ਚ ਕੀ ਹੁੰਦਾ? ਨਹੀਂ ਇਸ ਤੋਂ ਵੱਡਾ ਬਿਜ਼ਨਸ ਕਰਨਾ ਚਾਹ ਰਿਹਾ। ਚਲੋ ਤੁਹਾਡੀ ਮਰਜ਼ੀ, ਤੁਹਾਡੀ ਜਾਇਦਾਦ ਤੁਸੀਂ ਜਦੋਂ ਖਰੀਦੋ ਲੈਣੀ ਹੈ। ਹਾਂ ਵੱਡਾ ਬਿਜ਼ਨਸ, ਹਾਂਜੀ ਸਾਡੇ ਅਸਥਾ ਰੱਖਣਗੇ ਅਸਥਾ। ਸਾਡੇ ਵੱਲੋਂ ਦੱਸਦੇ ਕਿ ਸਾਡੇ ਕੀ ਕੀ ਕਾਰੋਬਾਰ ਨੇ ਇਹਨਾਂ ਨੂੰ? ਜੀ ਆਪਣਾ ਜ਼ਰਾ ਤਾਰਫ ਕਰਾ ਦਿਓ। ਮੈਂ ਜੀ ਆਪਣਾ ਜਿਹੜਾ ਸਾਹਮਣੇ ਬੰਦਾ ਖਲੋਤਾ, ਹਾਂਜੀ ਅਨਿਲ ਅੰਬਾਨੀ ਦਾ ਕਜ਼ਨ ਹੈ ਜੀ। ਅਨਿਲ ਅੰਬਾਨੀ ਨੇ ਸੁਣਿਆ ਇੰਡੀਆ 'ਚ? ਹਾਂਜੀ ਤੁਸੀਂ ਮੂੰਹ ਤੋਂ ਅੰਦਾਜ਼ਾ ਲਾ ਲਓ, ਪਹਿਲੀ ਕਾਫਰ ਕਾਫਰ ਨਹੀਂ ਲੱਗਣ ਡਿਆ ਤੁਹਾਨੂੰ? ਬਦਲ ਉਹਨੂੰ ਜਾਣਦਾ ਨਾ ਹੋਵੇ। ਨਹੀਂ ਕੀ ਹੋ ਗਿਆ, ਮਲਕ ਰਿਆਜ਼ ਵੀ ਤਾਂ ਕਿਸੇ ਕੋਲ ਜ਼ਮੀਨਾਂ ਲੈਂਦਾ ਹੀ ਹੈ, ਸਾਡੇ ਕੋਲ ਦਿੱਤਾ ਸਾਨੂੰ ਤਾਂ ਜੀ। ਸਰਦਾਰੀ ਨੇ ਇਹਦਾ 20 ਕਰੋੜ ਦੇਣਾ ਜੀ। ਸਰਦਾਰੀ ਨੇ ਦੇਣਾ ਹੋਵੇ ਨਾ ਉਹ ਦੇਣਾ ਹੋਵੇ, ਸਾਨੂੰ ਤਾਂ ਭਾਈ ਜੀ ਐਸ ਐਚ ਓ ਬਰਾਂਡੇ ਜਾ ਕੇ ਚਲਾ। ਅੱਛਾ ਇੰਜੇ
ਠੀਕ ਹੈ ਜੀ। ਅੱਛਾ ਤੇ ਤੁਸੀਂ ਕੀ ਕਰਦੇ ਹੋ ਜਨਾਬ? ਮੈਂ ਇਮਰਾਨ ਖਾਨ ਕੋ 40 ਰੁਪਏ ਲੈਣੇ ਨੇ। 40 ਰੁਪਏ? ਆ ਜਿੰਨੇ ਵੀ ਇਹ 40 ਕਰੋੜ ਨੂੰ ਨਾ 40 ਰੁਪਏ ਕਹਿੰਦਾ। ਉਹ ਇਹਨੇ ਵੀ ਦੇ ਦੇਵੇ ਬੜੇ ਨੇ। ਹਾਂ ਜਿੰਨੇ ਵੀ ਹਸਪਤਾਲ ਨਾ ਯਾਰ ਕਿਉਂ ਯਾਰ ਇਹ ਜਿੰਨੇ ਵੀ ਬਣੇ ਨੇ ਨਾ ਹਸਪਤਾਲ ਆਹੋ ਉਹਦਾ ਇਨਵੈਸਟਰ ਨੇ ਸਾਡਾ ਭਰਾ। ਅੱਛਾ ਜੀ ਵੈਰੀ ਗੁੱਡ। ਅੱਛਾ ਇੱਥੇ ਦਰਾਂ ਦਾ ਮੈਂ ਬਿਜ਼ਨਸ ਹੋਣ ਦੀ ਜ਼ਰਾ ਤੋ ਤੋੜ ਭੰਨ ਨਾ ਕਰੇ। ਠੀਕ ਹੈ ਮੈਂ ਆਪਣੇ ਤਰੀਕੇ ਨਾਲ ਆ ਰਿਹਾ। ਬੰਦਾ ਇੱਕ ਨੰਬਰ ਹੈਗਾ ਜੇ। ਅੱਛਾ ਇਹ ਜਿਹੜੀ ਗੱਲ ਕਰਦਾ ਜਿਹੜਾ ਸੌਦਾ ਕਰਦਾ ਐਨ ਕਸਵੱਡੀ ਤੇ ਇੱਕ ਨੰਬਰ ਹੁੰਦਾ ਜੇ। ਵੈਰੀ ਗੁੱਡ। ਬਸ ਐਸਾ ਹੀ ਬੰਦਾ ਚਾਹੀਦਾ ਸੀ। ਹੁਣ ਬੇਫਿਕਰ ਹੋ ਜਾਓ, ਜੂਨ ਸਾਹਿਬ ਕੀ ਹੋ ਗਿਆ? ਜੂਨ ਬਸ ਚੌਕਾਰ ਹੋਵੇ। ਦੋਸਤ ਜੀ ਜਾਣ ਵਾਲੀ ਗੱਲ ਕਰੋ। ਲਿਆ ਬਈ 2-2 ਲੱਖ ਰੁਪਈਆ ਬਈ ਸਾਡਾ ਪੰਜ ਲਿਆ ਬਈ 10 ਲੱਖ ਦਿਲ ਕਾਹਦੇ ਛੱਡਣਾ ਵਰਾਂਡੇ ਚ ਨੀ ਤੇਰੇ ਨਾਲ ਹੁੰਦੀ? ਲਓ ਬਾਬਾ ਮੈਂ ਤੇਰਾ ਜਾ ਰਿਹਾ ਤਮਾਸ਼ਬੀ ਨਹੀਂ ਕਰਨ। ਓਏ ਬਹੁਤੀ ਨਾ ਕਰ ਰਹੀ ਓਏ। ਲਓ ਜੀ ਮੈਂ ਤੇਰਾ ਕਟੜੀ ਦੇ ਰੌਂਗ ਕਰਕੇ ਆਇਆ ਬਾਬਾ ਜੀ। ਹਾਂ ਅੱਛਾ ਵੈਸੇ ਆਪਸ ਦੀ ਗੱਲ ਹੈਗੀ ਏ, 10 ਲੱਖ ਤੇ ਉਹਦੇ ਕੋਲ ਤੂੰ ਲੈ ਲਿਆ, ਮਾਰ ਕਿਹਨੇ ਕਿਹਨੇ ਖਾਣੀ? ਕਿਹੜੀ ਮਾਰ? ਲਾਂਤੀ ਆ ਅਗਲੀ ਵਾਰੀ ਜਦੋਂ ਆਏਗਾ ਆਪਾਂ ਨੂੰ ਮਿਲਾਂਗੇ ਤੇ ਫੇਰ ਇਸ ਤਰ੍ਹਾਂ ਦੇ ਬੇਵਕੂਫ ਬੰਦੇ ਜਿਹੜੇ ਨੇ ਨਾ, ਦੇਖੋ ਗੱਲ ਸੁਣੋ, ਕੁਝ ਲੋਕਾਂ ਦਾ ਰਿਸਕ ਜਿਹੜਾ ਨਾ ਉਹਨਾਂ ਲੋਕਾਂ ਨਾਲ ਲਿਖਿਆ ਹੁੰਦਾ, ਕਹਿੰਦੇ ਨੇ ਕਿ ਤੁਹਾਡੇ ਹਿੱਸੇ ਦੇ ਬੇਵਕੂਫ ਦੁਨੀਆ 'ਚ ਆਏ ਨੇ। ਕੀ ਹੋਇਆ? ਤੇਰਾ ਬੇੜਾ ਗਰਕ ਹੋਵੇ ਤੂੰ ਮੈਨੂੰ ਛੇੜ ਕੇ ਗਈ, ਸ਼ਰਮ ਨਹੀਂ ਆਉਂਦੀ? ਕੌਣ ਹੈ ਅੱਗੇ ਅੱਗੇ ਨੱਚ ਨੁੱਚ ਕੇ ਤੇ ਕੋ ਇਤਰਾਜ਼ ਕਰਨ ਲੱਗ ਗਈ? ਓਏ ਤੇ ਸ਼ਰੀਫ ਬੱਚਾ ਏ, ਤੂੰ ਛੇੜਦਾ ਹੀ ਨਹੀਂ। ਗੱਡੂ ਜੀ ਭਾਈ, ਓ ਸ਼ੇਖੂਪੁਰੋਂ ਭੈਣ ਹੀ ਬੁਲਾ ਲਈ ਹੂੰ। ਥਾਣੇਦਾਰ ਤੇਰਾ ਯਾਰ ਸੀ, ਮੈਂ ਕਿਹਾ ਤੂੰ ਲਾਈਏ। ਸੁਣਾ ਕੌਣ ਹੈ ਤੂੰ? ਇਸ ਤੇ ਮੈਨੂੰ ਛੇੜੇ ਮੈਂ? ਓ ਚੱਲ ਦਫਾ ਹੋ, ਝੂਠ ਨਾ ਬੋਲ, ਤੇਰੀ ਤੇ ਸ਼ਕਲ ਦੱਸਦੀ ਏ, ਤੂੰ ਪਹਿਲੇ ਛੇੜੀ ਛੇੜਾਈ ਏ। ਓ ਇਹਦੀ ਤਾਂ ਬੁੱਢੀ ਨੇ ਇਹਦੇ ਕੋਲ ਤਲਾਕ ਲੈ ਲਈ, ਬੱਲੋ ਛੇੜਦਾ ਹੀ ਨਹੀਂ ਸੀ। ਵਿਚਾਰੀ ਕਹਿੰਦੀ ਕੁਛ ਕਰ ਵੀ ਤੇ ਦੂਰੋਂ ਖਲੋ ਕਰੇ। ਹੁਰਰਾ ਹੁਰਰਾ ਝੂਠ ਨਾ ਬੋਲੋ, ਘੁੰਡ ਤੇ ਚੁੱਕਿਆ ਹੀ ਨੀ ਗਿਆ, ਬਾਹਾਂ ਛੋਟੀਆਂ ਸਨ। ਪਹਿਲਾਂ ਕੱਲ ਭੈਣ ਤੇਰੀ ਸੀ? ਭੈਣ ਮੇਰੀ ਨਹੀਂ ਸੀ, ਪਹਿਲੇ ਵਿਆਹ ਹੀ ਮੇਰੇ ਨਾਲ ਸੀ। ਬਰਹਾਲੇ ਸਾਡਾ ਦੋਸਤ ਸ਼ਰੀਫ ਆਦਮੀ ਹੈ, ਕਹਿੰਦੇ ਤੈਨੂੰ ਨਹੀਂ ਛੇੜਿਆ, ਤੇਰਾ ਭੁਲੇਖਾ ਹੈ। ਗੱਲ ਕੀ ਹੋਈ ਹੈ, ਕਿਹਦਾ ਪੁੱਛਣਾ ਚਾਹ ਰਹੀ ਹੈ? ਤੂੰ ਕੌਣ ਹੈ? ਮੈਂ ਤੇ ਮੈਨੂੰ ਨਹੀਂ ਛੀਮਾ, ਇਹਨੇ ਤੈਨੂੰ ਛੇੜਿਆ। ਤੂੰ ਪਛਾਣੇ? ਨਹੀਂ। ਇਹਨੂੰ ਪਛਾਣੇ? ਨਹੀਂ, ਇਹਨੂੰ ਨਹੀਂ ਪਛਾਣਿਆ। ਵੈਸੇ ਬਹੁਤ ਅਫਸੋਸ ਹੈ ਖਤੂਨ ਕਿ ਤੂੰ ਇਹਨੂੰ ਨਹੀਂ ਜਾਣਦੀ। ਨਹੀਂ। ਬਾਕੀ ਨਹੀਂ ਜਾਣਦੀ? ਨਹੀਂ ਜਾਣਦੀ। ਆ ਜਾ ਬਈ ਆ ਜਾ, ਚੀਤੀਏ ਖੁੱਲ ਕੇ ਬਾਬਾ, ਖੁੱਲ ਕੇ ਬਾਬਾ। ਮੁਰਸ਼ਿਦ ਆਇਆ ਨਹੀਂ? ਜ਼ਾਤੀ ਫੈਮਿਲੀ ਆਈ ਹੈ ਸਾਡੀ, ਬੈਠੋ। ਕੀ ਕਹਨੇ? ਤੈਨੂੰ ਇਹਨੇ ਭਲਾ ਕਿਸ ਤਰ੍ਹਾਂ ਛੇੜਿਆ ਹੋਣਾ? ਇੰਜ ਛੇੜਿਆ?
ਤੇਰੀ ਉੱਥੇ ਗੈਰਤ ਜਾਗਣ ਡਈ ਹੈ। ਕੁਝ ਹਜ਼ਾਰ ਕਰਿਆ ਕਰੋ ਤਨਖਾਹ, ਤੈਨੂੰ ਫਰੰਟ ਵਾਲਾ ਪਿਆ, ਸੀਟ ਤੂੰ ਸੋਲ ਵੀ ਲੈਣ ਵਾਲੀ ਲਈ। ਖਤੂਨ ਤੇ ਹੈਗੀ ਹੈ ਨਾ, ਖਤੂਨ ਤੇ ਹੈਗੀ ਹੈ ਨਾ, ਮਰੀ ਜਾਂਦੇ ਹੋ। ਓਏ ਔਰਤ ਦਾ ਤਕੱਦਰ ਜ਼ਰੂਰ ਰੱਖਿਆ ਕਰੋ। ਜੀ ਜੀ, ਜਿੱਥੇ ਕੁੜੀ ਵੇਖਦੇ ਹੋ ਮਰਨ ਵਾਲੇ ਹੋ ਜਾਂਦੇ ਹੋ। ਤੁਹਾਡਾ ਦਿਲ ਕਰਦਾ ਕੁੜੀ ਨੂੰ ਇੰਜ ਕਰੀਏ, ਇੰਜ ਕਰੀਏ, ਇੰਜ ਕਰੀਏ, ਇੰਜ ਕਰੀਏ, ਬਗੈਰ ਤੋਂ ਵੇਖੀ ਜਾਣਾ। ਅੱਗੇ ਉਹ ਆ ਰਹੀ ਹੈ ਤੇਰੀ।